ਜਿਹੜਾ ਹੈਗਾ ਐਕਸ਼ਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੇਖਣ ਨੂੰ ਮਿਲ ਰਿਹਾ, ਪੂਰਾ ਭਾਰਤ ਬੰਦ ਦਾ ਸਮਰਥਨ ਹੈਗਾ ਕਿਸਾਨ ਜਥੇਬੰਦੀਆਂ ਨੂੰ ਦੇਖਣ ਨੂੰ ਮਿਲ ਰਿਹਾ। ਇਸ ਵਕਤ ਤੁਸੀਂ ਤੁਹਾਨੂੰ ਤਸਵੀਰਾਂ ਦਿਖਾਊਂਗਾ ਕਿ ਮੈਂ ਇਸ ਵਕਤ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਹਾਂ। ਬਠਿੰਡਾ ਚੰਡੀਗੜ੍ਹ ਮੁੱਖ ਜਿਹੜਾ ਨੈਸ਼ਨਲ ਹਾਈਵੇ ਹੈਗਾ, ਇਹ ਮੁਕੰਮਲ ਤੌਰ ਤੇ ਬੰਦ ਹੈਗਾ, ਤਾਂ ਆਮ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਅੱਜ ਸਾਹਮਣਾ ਕਰਨਾ ਪੈ ਸਕਦਾ। ਬੱਸਾਂ ਸਵੇਰ ਤੋਂ ਬੰਦ ਨੇ, ਬਾਜ਼ਾਰ ਸਵੇਰ ਤੋਂ ਬੰਦ ਨੇ। ਤੁਹਾਨੂੰ ਮੈਂ ਇਹ ਵੀ ਇੱਕ ਤਸਵੀਰ ਦਿਖਾਊਂਗਾ ਕਿ ਤੁਸੀਂ ਬਾਜ਼ਾਰ ਦੇਖੋ, ਜਿਹੜੇ ਬਾਜ਼ਾਰ ਹੈਗੇ ਨੇ ਬਿਲਕੁਲ ਜਿਹੜੇ ਬਾਜ਼ਾਰਾਂ ਦੇ ਸ਼ਟਰ ਹੈਗੇ ਨੇ, ਹਰ ਇੱਕ ਦੁਕਾਨ ਦੇ ਸ਼ਟਰ ਹੈਗੇ ਨੇ ਬਿਲਕੁਲ ਸਵੇਰ ਤੋਂ ਹੀ ਜਿਹੜੇ ਹੈਗੇ ਨੇ ਮੁਕੰਮਲ ਤੌਰ ਤੇ ਬੰਦ ਕੀਤੇ ਹੋਏ ਨੇ। ਜਿਹੜੇ ਦੁਕਾਨਦਾਰ ਨੇ, ਦੁਕਾਨਦਾਰ ਵੀ ਜਿਹੜਾ ਹੈਗਾ ਪੂਰਨ ਤੌਰ ਤੇ ਜਿਹੜਾ ਇਹਦਾ ਸਮਰਥਨ ਜਿਹੜਾ ਹੈਗਾ ਕਰ ਰਹੇ ਨੇ। ਤਾਂ ਹਰ ਇੱਕ ਯੂਨੀਅਨ, ਹਰ ਇੱਕ ਜਥੇਬੰਦੀ ਜਿਹੜੀ ਹੈਗੀ ਆ, ਉਹ ਪੂਰਾ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਹੀ ਆ। ਇੱਧਰ ਤੁਹਾਨੂੰ ਮੈਂ ਮੇਨ ਜਿਹੜਾ ਮੁੱਖ ਬਾਜ਼ਾਰ ਹੈਗਾ ਉਹਦੀ ਤਸਵੀਰ ਦਿਖਾਊਂਗਾ। ਉਹ ਬਾਜ਼ਾਰ ਦੇ ਵਿੱਚ ਦੋਨੇ ਤਰਫਾਂ ਜਿਹੜੀਆਂ ਦੁਕਾਨਾਂ ਨੇ ਤੁਹਾਨੂੰ ਦੂਰ ਤੋਂ ਹੀ ਬੰਦ ਨਜ਼ਰ ਆਉਣਗੀਆਂ। ਤਾਂ ਲਗਭਗ ਹਰ ਇੱਕ ਜਿਹੜਾ ਅਦਾਰਾ, ਚਾਹੇ ਉਹ ਦੁਕਾਨਦਾਰ ਹੋਣ, ਚਾਹੇ ਉਹ ਕਿਸੇ ਵੀ ਯੂਨੀਅਨ ਜਾਂ ਕਿਸੇ ਵੀ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਹੋਣ, ਸਾਰੇ ਇਸ ਭਾਰਤ ਬੰਦ ਦੇ ਵਿੱਚ ਜਿਹੜਾ ਹੈਗਾ ਮੁਕੰਮਲ ਤੌਰ ਤੇ ਜਿਹੜਾ ਸਮਰਥਨ ਦੇ ਰਹੇ ਨੇ। ਪਰ ਇਹਦਾ ਵੱਡੀ ਪਰੇਸ਼ਾਨੀ ਆਮ ਲੋਕਾਂ ਨੂੰ ਝੱਲਣੀ ਪੈ ਰਹੀ ਹੈ, ਜਿਹੜੇ ਲੋਕ ਅੱਜ ਜਾਣਕਾਰੀ ਹੋਣ ਦੇ ਬਾਵਜੂਦ ਵੀ ਬਾਹਰ ਆ ਰਹੇ ਨੇ। ਕਿਤੇ ਨਾ ਕਿਤੇ ਕੋਈ ਪ੍ਰਾਈਵੇਟ ਸੈਕਟਰ ਵਾਲੇ ਜਾਂ ਪ੍ਰਾਈਵੇਟ ਨੌਕਰੀ ਵਾਲੇ ਜਾਂ ਕਈ ਵਾਰ ਕੋਈ ਇਦਾਂ ਦੇ ਦੁਕਾਨਦਾਰ ਜਿਹੜੇ ਕਿਸੇ ਨਾ ਕਿਸੇ ਮੈਡੀਕਲ ਸਰਵਿਸਿਜ਼ ਦੇ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਦੇ ਦੁਕਾਨਾਂ ਖੋਲ੍ਹਣੀਆਂ ਕਿਤੇ ਨਾ ਕਿਤੇ ਲਾਜ਼ਮੀ ਹੋ ਜਾਂਦੇ ਨੇ ਹਰ ਇੱਕ ਪ੍ਰਦਰਸ਼ਨ ਦੇ ਵਿੱਚ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਵੇਰ ਤੋਂ ਹੀ ਜਿਹੜੀਆਂ ਹੈਗੀਆਂ ਨੇ ਪੰਜਾਬ ਦੀਆਂ ਸੜਕਾਂ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਬੱਸਾਂ ਲਗਭਗ ਨਹੀਂ ਚੱਲ ਰਹੀਆਂ, ਦੋ ਦੋ ਢਾਈ ਢਾਈ ਘੰਟੇ ਜਿਹੜਾ ਹੈਗਾ ਉਡੀਕ ਕਰਨੀ ਪੈ ਰਹੀ ਆ। ਤਾਂ ਕਾਫੀ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਹਰ ਇੱਕ ਆਦਮੀ ਨੂੰ, ਹਰ ਇੱਕ ਜਿਹੜਾ ਵੀ ਆਪਣੇ ਘਰੋਂ ਬਾਹਰ ਨਿਕਲਦਾ ਉਹਨੂੰ ਕਰਨਾ ਪੈ ਰਿਹਾ। ਦੁਕਾਨਦਾਰ ਵੀ ਜਿਹੜਾ ਹੈਗੇ ਨੇ ਮੁਕੰਮਲ ਤੌਰ ਤੇ ਉੱਪਰ ਇਹਦਾ ਸਾਥ ਦੇ ਰਹੇ ਨੇ। ਤੁਹਾਨੂੰ ਇਹ ਤਸਵੀਰਾਂ ਦਿਖਾਊਂਗਾ ਕਿ ਮੁਕੰਮਲ ਜਿਹੜਾ ਹੈਗਾ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਇਸ ਵਕਤ ਜਾਮ ਆ। ਜਿਸ ਵੀ ਬੰਦੇ ਨੇ ਅਗਰ ਪਟਿਆਲਾ ਸਾਈਡ ਤੋਂ ਸੰਗਰੂਰ ਨੂੰ, ਬਠਿੰਡੇ ਨੂੰ ਕਿਸੇ ਵੀ ਤਰਫ ਅਗਰ ਸਫ਼ਰ ਕਰਨਾ, ਤਾਂ ਉਹਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਪੁਲਿਸ ਦੇ ਵੱਲੋਂ ਭਾਵੇਂ ਜਿਹੜੀ ਟ੍ਰੈਫਿਕ ਆ ਉਹ ਡਾਈਵਰਟ ਕਰ ਦਿੱਤੀ ਗਈ ਆ, ਪਰ ਕਿਤੇ ਨਾ ਕਿਤੇ ਸ਼ਾਮ 4 ਵਜੇ ਤੱਕ ਜਿਹੜੇ ਇਹ ਧਰਨੇ ਨੇ ਪੂਰੇ ਪੰਜਾਬ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਚੱਲਣਗੇ। ਤਾਂ ਸੜਕਾਂ ਮੁਕੰਮਲ ਤੌਰ 'ਤੇ ਜਿਹੜੀਆਂ ਹੈਗੀਆਂ ਨੇ ਬੰਦ ਰਹਿਣਗੀਆਂ। ਦੁਕਾਨਦਾਰ ਵੀ ਰਹਿਣੇ, ਦੁਕਾਨਾਂ ਵੀ ਬੰਦ ਰੱਖੀਆਂ ਨੇ। ਕੀ ਨਾਮ ਆ ਬਾਈ ਜੀ ਤੁਹਾਡਾ? ਬਾਈ ਕ੍ਰਿਸ਼ਨ ਸਿੰਘ। ਕਿਸ ਤਰੀਕੇ ਨਾਲ ਦੇਖਦੇ ਹੋ ਭਾਰਤ ਬੰਦ ਦਾ ਸਮਰਥਨ ਕਰ ਰਹੇ ਹੋ, ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਹੋ? ਹਾਂਜੀ ਹਾਂ ਬਾਈ, ਸਮਰਥਨ ਕਰ ਰਹੇ ਹਾਂ, ਪੂਰਾ ਭਾਰਤ ਬੰਦ ਦੇ ਨਾਲ ਸਮਰਥਨ ਕਰ ਰਹੇ ਹਾਂ, ਕਿਸਾਨਾਂ ਨਾਲ ਖੜੇ ਹਾਂ ਅਸੀਂ, ਠੀਕ ਹੈ ਨਾ। ਜੇ ਕਿਸਾਨ ਆ ਤਾਂ ਸਾਰੇ ਦੁਕਾਨਦਾਰ ਨੇ ਗੇ, ਕਿਸਾਨਾਂ ਤੋਂ ਬਿਨਾਂ ਕੁਛ ਨਹੀਂ। ਅਸੀਂ ਪੂਰੇ ਜ਼ੋਰ ਦੇ ਸਾਰਾ ਬਾਜ਼ਾਰ ਬੰਦ ਕਰਕੇ ਇਹਨਾਂ ਸਮਰਥਨ ਕਰ ਰਹੇ ਹਾਂ। ਕਿੰਨੇ ਕੁ ਲੱਗਦਾ ਕਿ ਹਾਂ ਸਵੇਰੇ ਕਿੰਨੇ ਕੁ ਵਜੇ ਤੋਂ ਤੁਸੀਂ ਹੁਣ ਖੁਦ ਦੁਕਾਨ ਬੰਦ ਕਰਕੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋ ਰਹੇ ਹੋ, ਤਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਵੇਰੇ ਦੁਕਾਨ ਖੋਲ੍ਹੀ ਨਹੀਂ ਜੀ, ਲੋਕਾਂ ਨੂੰ ਅਸੀਂ ਸਮਰਥਨ ਕਰਦੇ ਹਾਂ ਵੀ ਵੱਧ ਤੋਂ ਵੱਧ ਕਿਸਾਨਾਂ ਦਾ ਉਹ ਦੇਵੋ ਸਾਥ ਦੇਵੋ। ਜਿਹੜੇ ਪ੍ਰਧਾਨ ਮੰਤਰੀ ਨੇ ਕਾਨੂੰਨ ਉਹ ਥਾਪੇ ਨੇ ਕਿਸਾਨਾਂ ਦੇ, ਉਹਨਾਂ ਨੂੰ ਰੱਦ ਕੀਤਾ ਜਾਵੇ। ਲਗਭਗ ਪੂਰੇ ਬਾਜ਼ਾਰ ਬੰਦ ਨੇ ਹੁਣ? ਸਾਰੇ ਬੰਦ ਨੇ ਬਾਜ਼ਾਰ ਸਾਰੇ। ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ, ਜਿਵੇਂ ਹੁਣ ਅਗਰ ਆਪਾਂ ਬੱਸਾਂ ਦੀ ਗੱਲ ਕਰੀਏ ਤਾਂ ਬੱਸਾਂ ਲਗਭਗ ਬੰਦ ਨੇ, ਦੋ ਦੋ ਢਾਈ ਢਾਈ ਘੰਟੇ ਵੇਟ ਕਰਨਾ ਪੈਂਦਾ। ਕਿਤੇ ਨਾ ਕਿਤੇ ਇਹੀ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਹੋ ਜਾਂ ਕਿਸ ਤਰੀਕੇ ਨਾਲ, ਕਿਉਂਕਿ ਮੁਸ਼ਕਿਲਾਂ ਸਾਰਿਆਂ ਨੂੰ ਆ ਰਹੀਆਂ ਨੇ। ਬਾਈ ਮੁਸ਼ਕਿਲਾਂ ਸਭ ਨੂੰ ਆਉਂਦੀਆਂ ਨੇ, ਪਰ ਪਹਿਲਾਂ ਕੌਲ ਕੀਤੀ ਸੀ ਵੀ 16 ਫਰਵਰੀ ਨੂੰ ਭਾਰਤ ਬੰਦ ਹੈਗਾ, ਉਹਦੇ ਮੱਦੇਨਜ਼ਰ ਸਾਡਾ ਵੀ ਕੋਈ ਉਹ ਨਹੀਂ ਹੈਗਾ, ਕੋਈ ਦੁਕਾਨਾਂ ਬੰਦ ਕਰਨ ਦਾ ਕੋਈ ਚਾਅ ਨਹੀਂ ਹੈਗਾ, ਕੋਈ ਕਿਸਾਨਾਂ ਨੂੰ ਕੋਈ ਰਾਹ ਰੋਕ ਕੇ ਕੋਈ ਉਹ ਨਹੀਂ ਹੈਗਾ, ਠੀਕ ਹੈ, ਮਜ਼ਬੂਰੀ ਨੂੰ ਕਰਨਾ ਪੈਂਦਾ ਸਾਰਾ ਕੁਛ। ਬਿਲਕੁਲ, ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿਤੇ ਨਾ ਕਿਤੇ ਉਹਨਾਂ ਨੂੰ ਮੁਸ਼ਕਿਲ ਆ ਰਹੀ ਨੇ, ਪਰ ਤੁਹਾਨੂੰ ਇਹ ਤਸਵੀਰਾਂ ਲਾਜ਼ਮੀ ਮੈਂ ਦਿਖਾਉਣਾ ਚਾਹੂੰਗਾ ਕਿ ਹਰ ਇੱਕ ਅਦਾਰਾ, ਭਾਵੇਂ ਦੁਕਾਨਦਾਰ ਹੋਣ, ਹਰ ਇੱਕ ਅਦਾਰਾ ਜਿਹੜਾ ਹੈਗਾ ਉਹ ਇਸ ਭਾਰਤ ਬੰਦ ਦੇ ਵਿੱਚ ਸਮਰਥਨ ਕਰ ਰਹੇ ਆ। ਸਾਰੇ ਬਾਜ਼ਾਰ, ਸਾਰੀਆਂ ਸੜਕਾਂ, ਜਿਹੜੀਆਂ ਸੜਕਾਂ ਦੇ ਉੱਪਰ ਬੱਸਾਂ 5-5 ਮਿੰਟ ਬਾਅਦ ਆਉਂਦੀਆਂ ਨੇ, ਅਗਰ ਗੱਲ ਕਰੀਏ ਤਾਂ ਨੈਸ਼ਨਲ ਹਾਈਵੇ ਦੀ ਸਰਵਿਸ ਦੀ, ਤਾਂ 5-5 ਮਿੰਟ ਦੇ ਬਾਅਦ ਜਿਹੜੀ ਹੈਗੀ ਇੱਥੇ ਬੱਸ ਆਉਂਦੀ ਆ। ਪਰ ਹੁਣ 2-2 ਢਾਈ ਘੰਟੇ ਜਿਹੜੇ ਹੈਗੇ ਨੇ ਲੋਕ ਆਪਣੇ ਮੋਢਿਆਂ ਦੇ ਵਿੱਚ ਬੈਗ ਪਾ ਕੇ ਬੱਸਾਂ ਦੀ ਉਡੀਕ ਕਰ ਰਹੇ ਨੇ, ਜਿਨ੍ਹਾਂ ਨੇ ਕਿਸੇ
ਕਿਸੇ ਵੀ ਜਗ੍ਹਾ ਸਫ਼ਰ ਕਰਨਾ ਤਾਂ ਭਾਰਤ ਬੰਦ ਦਾ ਸਮਰਥਨ ਮਿਲ ਰਿਹਾ, ਹਰ ਇੱਕ ਅਦਾਰਾ ਬੰਦ ਆ, ਹਰ ਇੱਕ ਜਥੇਬੰਦੀ ਇਸ ਦੇ ਵਿੱਚ ਸ਼ਾਮਿਲ ਹੋ ਰਹੀ ਹੈ, ਪਰ ਆਮ ਲੋਕਾਂ ਨੂੰ ਜਿਹੜੇ ਲੋਕ ਇਸ ਵਕਤ ਵੀ ਘਰੋਂ ਬਾਹਰ ਨਿਕਲ ਰਹੇ ਨੇ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।